ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਇੱਕ ਵਾਰ ਫੇਰ। ਅਤੇ ਆਓ ਅਸੀਂ ਹੁਣ ਜੁੜਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੋਂ ਕਿ ਤੁਹਾਡੇ ਆਪਣੇ ਸਰਦਾਰ ਰਵਿੰਦਰ ਸਿੰਘ ਪੰਨੂ ਪਹੁੰਚੇ ਹੋਏ ਨੇ, ਉਹਨਾਂ ਕੋਲੋਂ ਜਾਣਕਾਰੀ ਲਈਏ। ਅਤੇ ਸਭ ਤੋਂ ਪਹਿਲਾਂ ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਤੁਹਾਡੇ ਆਪਣੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਜੀ। ਦੱਸੋ ਥੋੜਾ ਜਿਹਾ ਕਿਸ ਤਰ੍ਹਾਂ ਲੱਗ ਰਿਹਾ, ਜਨਮ ਭੂਮੀ ਤੇ ਜਾ ਕੇ ਦਿਲ ਲੱਗ ਗਿਆ ਜੀ? ਹਾਂਜੀ ਬਿਲਕੁਲ ਜੀ, ਜਿੱਥੇ ਆਪਾਂ ਜੰਮੇ ਪਲੇ ਸੀਗੇ ਸਾਨੂੰ ਸਾਡਾ ਬਹੁਤ ਜਿਹੜਾ ਵਾ ਲੱਥ ਜਾਂਦਾ, ਖਾਸ ਕਰਕੇ ਜਿਹਨਾਂ ਗਲੀਆਂ ਦੇ ਵਿੱਚ ਤੁਸੀਂ ਬਚਪਨ ਤੋਂ ਭੁੱਲੇ ਫਿਰਦੇ ਹੋ, ਤੇ ਉੱਥੇ ਸਾਨੂੰ ਸਾਰਾ ਕੁਝ ਭੁੱਲ ਜਾਂਦਾ ਕਿ ਤੁਸੀਂ ਕਿੱਥੋਂ ਆਏ ਹੋ ਕੀ ਜੀ। ਸੋ ਬਹੁਤ ਚੰਗਾ ਲੱਗਦਾ ਜੀ, ਆਪਾਂ ਆਪਣੇ ਪਿੰਡਾਂ ਵਿੱਚ ਆਪਾਂ ਜਾਂਦੇ ਹਾਂ, ਆਪਾਂ ਆਪਣੀਆਂ ਪੈਰੀਆਂ ਦੇ ਵਾਸਤੇ ਠੀਕ ਹੈ ਜੀ। ਵੈਸੇ ਤੁਹਾਡੇ ਨਾਲ ਅੱਜ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜੁੜਨ ਦਾ ਖਾਸ ਮਕਸਦ ਹੈ, ਕਿਉਂਕਿ ਵੀ ਜਦੋਂ ਅਗਲੇ ਹਫ਼ਤੇ ਦਾ ਪ੍ਰੋਗਰਾਮ ਹੋਣਾ ਹੈ ਅਤੇ ਜਸਟਿਨ ਟਰੂਡੋ ਸਾਹਿਬ ਉਹਨਾਂ ਦਾ ਸਮੁੱਚਾ ਡੈਲੀਗੇਸ਼ਨ ਭਾਰਤ ਦੀ ਧਰਤੀ 'ਤੇ ਹੋਵੇਗਾ, ਅਤੇ ਜਦੋਂ ਅੰਤਰਰਾਸ਼ਟਰੀ ਪੱਧਰ ਦਾ ਕੋਈ ਡੈਲੀਗੇਸ਼ਨ ਨਵੀਂ ਦਿੱਲੀ ਆਉਣਾ ਹੁੰਦਾ ਤਾਂ ਆਪਾਂ ਨੂੰ ਉੱਥੋਂ ਦੀਆਂ ਸੜਕਾਂ ਤੋਂ ਪਤਾ ਲੱਗ ਜਾਂਦਾ। ਅੰਮ੍ਰਿਤਸਰ ਵੀ ਆਉਣਾ ਉਹਨਾਂ ਨੇ, ਕੁਝ ਆਲ ਦੁਆਲ 'ਚ ਦੇਖਣ ਤੋਂ ਪਤਾ ਲੱਗ ਰਿਹਾ ਜੀ ਵੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ? ਹਰ ਕੋਈ ਮਾਣ ਕਰਦਾ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਵਧੀਆ ਆਪਣੇ ਲੋਕ ਸਥਾਪਿਤ ਹੋਏ ਹਨ, ਬਹੁਤ ਵਧੀਆ ਪੋਲੀਟੀਕਲ ਜਿਹੜਾ ਅਚੀਵਮੈਂਟ ਆ ਆਪਣੇ ਲੋਕਾਂ ਕੋਲ, ਸੋ ਕਾਫ਼ੀ ਲੋਕਾਂ ਦੇ ਵਿੱਚ ਉਤਸ਼ਾਹ ਹੈ। ਕਾਫ਼ੀ ਜੇਕਰ ਹੁਣ ਆਪਾਂ ਐਵਰੀ ਦਰਬਾਰ ਸਾਹਿਬ ਦੇ ਵਿੱਚ ਆਊਟ ਟਾਈਮ ਕੋਈ ਨਾ ਕੋਈ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਸਿੱਧੀ ਪ੍ਰਾਪਤ ਕੀਤਾ ਹੈ, ਵਿਅਕਤੀ ਪਹੁੰਚਾ ਦਿੰਦਾ ਹੈ। ਸੋ ਇੱਥੇ ਦਰਬਾਰ ਸਾਹਿਬ ਦੇ ਵਿੱਚ ਜੀਵਨ ਦਾ ਮਾਹੌਲ ਬਣਿਆ ਰਹਿੰਦਾ, ਸੋ ਹਮੇਸ਼ਾ ਹੀ ਇੱਥੇ ਚਹਿਲ ਪਹਿਲ ਹੈ। ਸੋ ਲੋਕੀ ਕੁਛ ਹਨ ਅਤੇ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਨਹੀਂ ਗੱਲ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰਦੇ ਹੋ ਕਿ ਲੋਕੀ ਖਾਲਿਸਤਾਨ ਕਰਕੇ ਉਹਨਾਂ ਦਾ ਨਹੀਂ ਵੈਲਕਮ ਕਰਦੇ, ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਉਤਸ਼ਾਹ ਹੈ। ਠੀਕ ਹੈ, ਅਤੇ ਲੇਕਿਨ ਕਿ ਤੁਹਾਨੂੰ ਪਤਾ ਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਵਾਰੀ ਇਹ ਕਹਿ ਚੁੱਕੇ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਮੰਤਰੀ ਸਾਹਿਬਾਂ ਨੂੰ, ਕਿਉਂਕਿ ਉਹ ਖਾਲਿਸਤਾਨੀ ਨੇ। ਸੋ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਨੂੰ ਚੰਗਾ ਨਹੀਂ ਸਮਝਿਆ, ਇਹ ਕਹਿਣਾ ਚਾਹੁੰਦੇ ਹੋ? ਤੁਸੀਂ ਲਾਈਨ 'ਤੇ ਇੱਦਾਂ ਹੀ ਬਣੇ ਰਹਿਣਾ, ਅਸੀਂ ਸਰੋਤਿਆਂ ਦਰਸ਼ਕਾਂ ਨੂੰ ਦੱਸਦੀ ਹੈ ਵੀ ਥੋੜ੍ਹਾ ਜਿਹਾ ਆਵਾਜ਼ ਦੇ ਵਿੱਚ ਟੁੱਟਵੀਂ ਆ ਰਹੀ ਹੈ ਪਰ ਸਮਝ ਲੱਗ ਰਹੀ ਹੈ ਜੋ ਵੀ ਸਰਦਾਰ ਰਵਿੰਦਰ ਸਿੰਘ ਪੰਨੂ ਦੱਸ ਰਹੇ ਹਨ, ਅਸੀਂ ਇਹਨਾਂ ਦੇ ਨਾਲ ਲਾਈਨ 'ਤੇ ਇਸੇ ਤਰ੍ਹਾਂ ਜੁੜੇ ਰਹਾਂਗੇ। ਕਮਲ ਸਿੰਘ ਜੀ, ਇਹਨਾਂ ਤੁਹਾਡੇ ਨਾਲ ਅਸੀਂ ਥੋੜ੍ਹੀ ਜਿਹੀ ਡਿਸਕਸ਼ਨ ਇਹਦੇ ਬਾਰੇ ਪਹਿਲਾਂ ਕੀਤੀ ਆ, ਪਰ ਇੱਕ ਵਾਰ ਫਿਰ ਦੱਸੋ, ਜਦੋਂ ਅਸੀਂ ਕੈਨੇਡੀਅਨ ਮੰਤਰੀ ਸਾਹਿਬਾਨਾਂ ਦੇ ਨਾਲ ਇਹ ਇਸ਼ੂ ਵਿਚਾਰਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਹੁਣ ਕਿਉਂ ਨਹੀਂ ਆ ਸਕੇ, ਉਹਨਾਂ ਨੇ ਕਿਹਾ ਜੀ ਵੀ ਅਸੀਂ ਨਹੀਂ ਕਿਸੇ ਨੇ ਵੀ ਉਹਨਾਂ ਨੂੰ ਰੋਕਿਆ,
ਵੀਜ਼ਾ ਕੈਨੇਡੀਅਨ ਗਵਰਨਮੈਂਟ ਦੇ ਸਕਦੀ ਆ, ਉਹ ਉਹਨਾਂ ਦੇ ਕੋਲ ਲੱਗਾ ਹੋਇਆ ਸੀਗਾ। ਆਪੇ ਹੀ ਨਹੀਂ ਉਹ ਆਏ, ਕਿਉਂ ਨਹੀਂ ਆਏ ਸਾਨੂੰ ਨਹੀਂ ਪਤਾ। ਅਤੇ ਫਿਰ ਪਤਾ ਲੱਗ ਰਿਹਾ ਸੀਗਾ ਵੀ ਇੱਥੋਂ ਦੇ ਜਿਹੜੇ ਕਾਂਗਰਸੀ ਆਗੂ ਆ ਉਹਨਾਂ ਨੇ ਸਲਾਹ ਹੀ ਉਹਨਾਂ ਨੂੰ ਇਹੋ ਜਿਹੀ ਦੇ ਦਿੱਤੀ ਸੀ ਸ਼ਿਕਾਗੋ ਬੈਠਿਆਂ ਨੂੰ, ਜਿਸ ਕਰਕੇ ਕੋਈ ਨਹੀਂ ਆਏ। ਕਸੂਰ ਕੈਨੇਡੀਅਨ ਗਵਰਨਮੈਂਟ ਦਾ ਕੱਢਿਆ ਗੱਲ ਆਇਆ ਸੀ, ਕੋਈ ਸਲਾਹ ਨਹੀਂ ਦਿੱਤੀ ਗਈ। ਦੱਸੋ, ਮੈਂ ਸਲਾਹ ਮੈਂ ਹੀ ਦੇਣੀ ਸੀ ਨਾ। ਹਾਂਜੀ, ਕੋਆਰਡੀਨੇਟਰ ਤਾਂ ਕਾਂਗਰਸ ਸੀ, ਕਾਂਗਰਸ ਨੂੰ ਮੈਂ ਹੀ ਸੀ। ਮੈਂ ਕੋਈ ਐਸੀ ਸਲਾਹ ਨਹੀਂ ਦਿੱਤੀ, ਨਾ ਸਾਡੇ ਕੋਈ ਖੇਮੇ 'ਚ ਕਿਸੇ ਬੰਦੇ ਨੇ ਇੱਦਾਂ ਦੀ ਕੋਈ ਤੁਹਾਨੂੰ ਗੱਲ ਕਹੀ ਹੈ ਵੀ ਜਿਹੜਾ ਕਈ ਬੰਦੇ ਉੱਤੇ ਮਿਲ ਕੇ ਵੀ ਆਏ ਜਾ ਕੇ। ਨੋਬਡੀ ਸੈਡ ਐਨੀਥਿੰਗ ਲਾਈਕ ਦੈਟ ਕਿ ਤੁਸੀਂ ਇੱਥੇ ਨਾ ਆਇਓ, ਇੱਥੇ ਕੋਈ ਇੱਦਾਂ ਦੀ। ਅੱਜ ਤੱਕ ਚਾਹੁੰਦੇ ਸੀ, ਅਸੀਂ ਚੈਲੰਜ ਕਰਨਾ ਚਾਹੁੰਦੇ ਸੀ ਅਤੇ ਉਹ ਆ ਜਾਂਦੇ, ਅਤੇ ਇਹ ਜਿਹੜੀ ਹਊਆ ਖੜਾ ਕੀਤਾ ਗਿਆ ਉਹਨੂੰ ਅਸੀਂ ਚੈਲੰਜ ਕਰਕੇ ਦਿਖਾਉਂਦੇ। ਜਿਹੜਾ ਕੋਈ ਕਹਿੰਦੇ ਸੀ ਅਸੀਂ ਉਹਨੂੰ ਦੇਣਾ ਜੀ, ਉਹਨਾਂ ਨੂੰ ਨੋਟ ਦੇਣਾ, ਕਾ ਨੋਟਿਸ ਦੇਣਾ, ਨੋਟਿਸ ਦੇਣਾ। ਸਾਡੇ ਕੋਲ ਇੰਨਾ ਅਰੇਂਜਮੈਂਟ ਸੀ ਕਿ ਉਹਨਾਂ ਦੇ ਨੇੜੇ ਕੋਈ ਸਾਡੀ ਮਰਜ਼ੀ ਤੋਂ ਬਗੈਰ 50 ਫੁੱਟ ਦੇ ਦਾਇਰੇ 'ਚ ਕੋਈ ਬੰਦਾ ਨਹੀਂ ਸੀ ਵੜ ਸਕਦਾ। ਸਾਡੇ ਕੋਲ 160 ਵਲੰਟੀਅਰ ਸੀਗੇ ਜਿਹੜੇ ਅਸੀਂ ਤਿਆਰ ਕੀਤੇ ਸੀ, ਜਿਹੜੇ ਬਕਾਇਦਾ ਯੂਨੀਫਾਰਮ ਪਾ ਕੇ ਉਹ ਲੱਗਾ ਹੋਊਗਾ ਵੀ ਇਹ ਬੰਦੇ ਆ। ਸਾਡੇ ਕੋਲ ਸਾਰਾ ਇੰਤਜ਼ਾਮ ਸੀ। ਅਸੀਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਤੁਸੀਂ ਛੱਡੋ, ਜਿਹੜਾ ਵੱਡਾ ਪ੍ਰੋਗਰਾਮ ਅਸੀਂ ਕਹਿੰਦੇ ਪੋਲੀਟੀਕਲ ਲੈਵਲ ਦਾ ਪ੍ਰੋਗਰਾਮ ਆ, ਜੇ ਇੱਕ ਟੈਕਨੀਕਲ ਕੋਈ ਅੰਕੁਸ਼ ਆਇਆ ਬਸ ਤੇ ਇਹਨੂੰ ਛੱਡ ਦਿਉ, ਤੁਸੀਂ ਆਓ। ਅਸੀਂ ਘਰਾਂ ਦੇ ਵਿੱਚ 14-15 ਘਰਾਂ 'ਚ ਅਸੀਂ ਪ੍ਰੋਗਰਾਮ ਲਿਖਿਆ ਸੀ। ਸੋ ਇਸ ਵਾਰ ਇੱਥੋਂ ਕਦੀ ਕਿਸੇ ਨੇ ਕੋਈ ਸਲਾਹ ਨਹੀਂ ਦਿੱਤੀ ਉਹਨਾਂ ਨੂੰ। ਉਹਨਾਂ ਨੇ ਸਿਰਫ ਇਸ ਸੋਚਿਆ ਕਿ ਅੱਗੇ ਪੰਜਾਬ 'ਚ ਇਲੈਕਸ਼ਨ ਆ ਰਹੀ, ਜੇ ਮੈਂ ਉੱਥੇ ਗਿਆ ਫਰਜ਼ ਕਰੋ। ਉਹਨਾਂ ਨੇ ਜਿੱਦਾਂ 2-4 ਬੰਦਿਆਂ ਨੇ ਉੱਥੇ ਕੈਲੀਫੋਰਨੀਆ ਕਿੱਥੇ ਸੀਗੇ ਅਤੇ ਉੱਥੇ ਮੁਜ਼ਾਹਰਾ ਜਿਹਾ ਹੈਲੋ ਹੈਲੋ ਕਰਨ ਦੀ ਖਾਲਿਸਤਾਨੀਆਂ ਨੇ ਕੋਸ਼ਿਸ਼ ਕੀਤੀ, 2-4 ਨਹੀਂ ਕਾਫੀ ਸੀਗੇ, ਜਿੰਨੇ ਵੀ ਸੀ ਮੇਰਾ ਮਨ ਉਹ ਐਡੀ ਬਹੁਤੇ ਵੀ ਹੈ ਨਹੀਂ ਸੀਗੇ। ਤੋਂ ਮੇਰੇ ਮੈਂ ਤਾਂ ਵੇਖੇ ਟੀਵੀ 'ਤੇ ਕੋਈ 10-15 ਬੰਦੇ ਹੋਣਗੇ, ਚਲੋ 50-100 ਹੋ। ਹਾਂਜੀ ਹਾਂ, ਲੇਕਿਨ ਉੱਥੇ ਤਾਂ ਹਾਲਾਂਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ, ਜੇ ਦਾਲ ਬਣਾਈ ਹੋਵੇ ਤਾਂ ਇੱਕ ਕੋਕੜੂ ਵੀ ਆ ਜਾਏ ਤਾਂ ਉਹ ਬਥੇਰਾ ਹੁੰਦਾ। ਦੈਟਸ ਵਾਟ ਮੀਨ ਸੇਇੰਗ, ਉਹਨਾਂ ਨੇ ਨਹੀਂ ਚਾਹੁੰਦੇ ਕਿ ਪੰਜਾਬ ਦੀ ਇਲੈਕਸ਼ਨ ਆ ਰਹੀ ਹੈ ਔਰ ਬਹੁਤ ਸਾਰੇ ਜਿਹੜੇ ਪੰਜਾਬੀ ਵੋਟਰ ਜਿਹੜੇ ਆ ਉਹਨਾਂ ਦਾ ਪਿੱਛੇ ਬੈਕਗਰਾਊਂਡ। ਪਰ ਕੀ ਉਹ ਸ਼ਿਕਾਗੋ ਏਅਰਪੋਰਟ ਤੋਂ ਮੁੜ ਗਏ ਸੀ ਏਅਰਪੋਰਟ ਤੇ? ਫਿਰ ਉਹ ਕਿਉਂ ਗਏ ਜੀ, ਉਹਨਾਂ ਨੇ ਮੁੜਨਾ ਹੀ? ਨਹੀਂ, ਉਹ ਤਾਂ ਸਾਰੇ ਅਮਰੀਕਾ ਜਿਹੜਾ ਉਹਨਾਂ ਟੂਰ ਸੀ ਉਹਨਾਂ ਪੂਰਾ ਕੀਤਾ। ਹਾਂਜੀ, ਜਦੋਂ ਉਹ ਇੱਕ ਲੈਂਡ ਕਰ ਗਏ ਉਹਨਾਂ ਨੇ ਸਾਰਾ ਆਪਣਾ ਟੂਰ ਪੂਰਾ ਕੀਤਾ, ਜਿਹੜਾ ਇੱਧਰ ਆਉਣ ਦਾ ਪ੍ਰੋਗਰਾਮ ਸੀ ਉਹ ਫਿਰ ਕੈਂਸਲ ਕਰਕੇ ਫਿਰ ਉੱਥੋਂ ਵਾਪਸ ਗਏ। ਹਾਂ, ਜਿਹੜੇ ਜਹਾਜ਼ ਸ਼ਿਕਾਗੋ ਤੋਂ ਜਿੱਦਣ ਏਅਰਪੋਰਟ ਤੋਂ ਚੜ੍ਹਨਾ ਸੀ ਉਹਨਾਂ ਨੇ, ਯੂਨੀਵਰਸਿਟੀ ਵੇਟਿੰਗ ਫਾਰ ਦ ਪਲੇਨ ਜਾਂ ਫਲਾਈਟ ਵਾਸਤੇ, ਅਤੇ ਮੈਂ ਉਦੋਂ ਉਹਨਾਂ ਨਾਲ ਫਿਰ ਗੱਲ ਵੀ ਕੀਤੀ। ਫੋਨ ਕੀ ਗੱਲ ਕੀਤੀ ਤੁਸੀਂ? ਉਹ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਉਣਾ ਸੀਗਾ, ਆਉਂਦੇ ਸੀਗਾ, ਅਸੀਂ ਇੰਤਜ਼ਾਮ ਕੀਤਾ ਆ, ਸਾਰਾ ਕੁਛ ਠੀਕ ਸੀਗਾ, ਅਤੇ ਉਹ ਕਹਿੰਦੇ ਨਹੀਂ ਹੁਣ ਅਸੀਂ ਮਨ ਬਣਾ ਲਿਆ ਕਿ ਅਸੀਂ ਮੈਂ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਮੁੜੀ ਅੱਛਾ ਜੀ, ਸਰਦਾਰ ਰਵਿੰਦਰ ਸਿੰਘ ਜੀ, ਪੰਨੂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਿਆਰੀਆਂ ਬਾਰੇ ਪਤਾ ਲੱਗਾ ਜੀ? ਸਾਡੀ ਕਿੰਨੀ ਇੱਕ ਸਾਡੀ ਹੈ, ਸਾਡਾ ਇੱਕ ਮਾਰਕੀਟ ਕੀਤੇ ਹਾਂ। ਸੋ
ਸਾਨੂੰ ਜ਼ਰੂਰਤ ਹੈ ਸਾਡੇ ਜਥੇਬੰਦੀ ਨੂੰ ਔਰ ਸਾਡੀਆਂ ਜਿਹੜੀਆਂ ਉਭਰੀਆਂ ਸ਼ਖਸੀਅਤਾਂ ਹਨ ਉਹਨਾਂ ਦੇ ਨਾਲ ਬੈਠ ਕੇ ਇੰਟਰਨੈਸ਼ਨਲ ਪੱਧਰ ਦੇ ਲੈਵਲ 'ਤੇ ਤੁਸੀਂ ਆਪਣੇ ਆਪ ਨੂੰ ਹੋਰ ਪ੍ਰੈਜੈਂਟ ਕਰੀਏ। ਠੀਕ ਹੈ ਜੀ, ਜਦੋਂ ਆਪਾਂ ਪੌਲ ਮਾਰਟਨ ਸਾਹਿਬ ਨਾਲ ਗਏ ਸੀ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਅਤੇ ਲੇਕਿਨ ਕਿ ਆਗਰਾ ਵੀ, ਅਤੇ ਆਪਾਂ ਦੇਖਿਆ ਸੀ ਵੀ ਤਾਜ ਮਹਿਲ ਉੱਥੇ ਬੰਦ ਕਰ ਦਿੰਦੇ ਆ ਜਦੋਂ ਇਸ ਤਰ੍ਹਾਂ ਫੋਰਨ ਤੋਂ ਕੋਈ ਡਿਗਨਿਟਰੀ ਨੇ ਜਾਣਾ ਹੋਵੇ, ਅਤੇ ਜਦੋਂ ਫਿਰ ਡਾਲਟਨ ਮਗਿੰਟੀ ਨਾਲ ਗਏ ਉਦੋਂ ਵੀ ਤਾਜ ਮਹਿਲ ਜਦੋਂ ਗਏ ਅਤੇ ਬਾਕੀ ਲੋਕਾਂ ਲਈ ਉਹ ਬੰਦ ਕਰ ਦਿੰਦੇ ਆ, ਉਦੋਂ ਫਿਰ ਸਿਰਫ ਉਸ ਆਗੂ ਨੇ ਹੀ ਆਪਣੇ ਕਾਫਲੇ ਦੇ ਨਾਲ ਅੰਦਰ ਜਾ ਸਕਣਾ ਹੁੰਦਾ। ਸੋ ਕੀ ਇਸ ਤਰ੍ਹਾਂ ਦੀ ਕੋਈ ਗੱਲ ਪਤਾ ਲੱਗ ਰਹੀ ਵੀ ਦਰਬਾਰ ਸਾਹਿਬ ਉਸ ਦਿਨ ਸਿਕਿਉਰਿਟੀ ਦੇ ਸਿਲਸਿਲੇ 'ਚ ਪਈ ਜਦੋਂ ਜਸਟਿਨ ਟਰੂਡੋ ਸਾਹਿਬ ਨੇ ਅੰਦਰ ਜਾਣਾ ਵੀ ਆਮ ਸੰਗਤ ਲਈ ਬੰਦ ਰਹੇਗਾ ਜਾਂ ਖੁੱਲ੍ਹਾ ਰਹੇਗਾ ਜੀ? ਦੇਖੋ ਜੇਕਰ ਤੁਸੀਂ ਰਵਿੰਦਰ ਸਿੰਘ ਜੀ ਪੰਨੂ, ਅਸੀਂ ਕੱਲ੍ਹ ਨੂੰ ਇੱਕ ਵਾਰ ਫਿਰ 8 ਵਜੇ ਤੋਂ ਬਾਅਦ ਤੁਹਾਡੇ ਨਾਲ ਪ੍ਰੋਗਰਾਮ 'ਚ ਜੁੜਨ ਦੀ ਕੋਸ਼ਿਸ਼ ਕਰਾਂਗੇ। ਦੂਸਰੇ ਟੈਲੀਫੋਨ ਨੰਬਰ 'ਤੇ ਤੁਹਾਨੂੰ ਡਾਇਲ ਕਿਸੇ ਹੋਰ ਨੰਬਰ 'ਤੇ ਕਰਾਂਗੇ। ਇਹ ਨੰਬਰ 'ਚ ਸਾਨੂੰ ਅੱਜ ਟਰਬਲ ਆਈ, ਪਰ ਫਿਰ ਵੀ ਸਰੋਤਿਆਂ ਦਰਸ਼ਕਾਂ ਨੇ ਆਸ ਕਰਦੇ ਹਾਂ ਕਿ ਸਮਝ ਲਈ ਹੈ ਤੁਹਾਡੀ ਗੱਲ, 80% ਆਲਮੋਸਟ ਵੀ ਤੁਸੀਂ ਕੀ ਕਿਹਾ। ਅਤੇ ਹੁਣ ਲੈਂਦੇ ਇੱਥੇ ਇਜਾਜ਼ਤ, ਤੁਹਾਡੇ ਕੋਲੋਂ ਸ਼ੁਕਰੀਆ ਜੀ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਤੇ ਰਵਿੰਦਰ ਸਿੰਘ ਪੰਨੂ ਸਨ। ਸੋ ਜਿਹੜਾ ਖਾਸ ਇੰਤਜ਼ਾਮ ਜਿੰਨਾ ਕੁ ਸਾਨੂੰ ਪਤਾ ਹੈ ਜੀ, ਜਦੋਂ ਡਾਲਟਨ ਮਗਿੰਟੀ ਸਾਹਿਬ ਵੀ ਗਏ ਸੀ, ਜਿਹੜਾ ਦਰਸ਼ਨੀ ਡਿਊਟੀ ਤੋਂ ਜਦੋਂ ਅੰਦਰ ਲੰਘ ਜਾਣਾ, ਅਤੇ ਇੱਕ ਇਸ ਤਰ੍ਹਾਂ ਛੋਟਾ ਰਾਹ ਆ ਉਹ ਪਾਈਪਾਂ ਦੇ ਨਾਲ ਉਹਨਾਂ ਨੇ ਜਿਹੜੇ ਬਣਾਏ ਹੋਏ ਆ, ਇੱਕ ਪਾਸੇ ਸੰਗਤ ਕਾਫੀ ਵੱਡੀ ਲੱਗੀ ਹੁੰਦੀ ਹੈ, ਉਹ ਰਾਹ ਜਿਹੜਾ ਛੋਟਾ ਆ ਉਹ ਬੰਦ ਕਰ ਦਿੱਤਾ ਜਾਂਦਾ ਆਵਾਜਾਈ ਦੇ ਲਈ। ਉੱਥੋਂ ਦੀ ਫਿਰ ਹਾਂਜੀ ਉਹ ਕਾਫਲਾ ਜਿਹੜਾ ਉਹਨਾਂ ਦਾ ਲੰਘ ਜਾਂਦਾ, ਅੱਗੇ ਆਪਣਾ ਨਤਮਸਤਕ ਹੋ ਕੇ ਫਿਰ ਉਹ ਵਾਪਸ ਉਸੇ ਰਾਹੀ ਆ ਜਾਂਦੇ ਹਨ। ਸੰਗਤ ਵੀ ਜਾਂਦੀ ਰਹਿੰਦੀ ਆ ਆਪਣੇ ਉਸ ਰਾਹ ਤੋਂ, ਲੇਕਿਨ ਕਿ ਉਹ ਜਿਹੜਾ ਛੋਟਾ ਰਸਤਾ ਹੈ ਉਸ ਨੂੰ ਬਲੌਕ ਕਰਕੇ ਤੇ ਜ਼ਰੂਰ ਡਿਗਨਿਟਰੀਜ਼ ਨੂੰ ਅੱਗੇ ਬੰਦ ਨਹੀਂ ਕੀਤਾ ਜਾਂਦਾ। ਹਾਂਜੀ, ਬੰਦ ਨਹੀਂ ਕੀਤਾ ਜਾਂਦਾ ਉਹਨੂੰ, ਉਹਦੇ ਵਾਸਤੇ ਕੋਈ ਰੋਕ ਨਹੀਂ। ਹਾਂ ਠੀਕ ਹੈ, ਸਿਕਿਉਰਿਟੀ ਪੱਖੋਂ ਥੋੜ੍ਹਾ ਬਹੁਤਾ ਜਿਹੜਾ ਹੋਣਾ ਚਾਹੀਦਾ, ਸਿਕਿਉਰਿਟੀ ਰਹਿੰਦੀ ਹੈ ਪਰ ਸੰਗਤ ਦੇ ਵਿਘਨ ਨਹੀਂ ਪੈਂਦਾ ਕੋਈ। ਮੈਂ ਉਹੀ ਕਹਿ ਰਿਹਾ ਵੀ ਨਹੀਂ ਪੈਣਾ ਵੀ ਨਹੀਂ ਚਾਹੀਦਾ। ਹਾਂਜੀ, ਜਿੱਦਾਂ ਹੁਣ ਪੰਨੂ ਸਾਹਿਬ ਨੇ ਕਿਹਾ ਕਿ ਉਹ ਇੱਕ ਆਮ ਮਨੁੱਖ ਦੇ ਤੌਰ 'ਤੇ ਉੱਥੋਂ ਜਾ ਰਹੇ ਨੇ, ਨਾ ਕਿ ਉਹ ਕੋਈ ਸਪੈਸ਼ਲ ਗੈਸਟ ਹੋਏ ਹੈਗੇ ਨੇ ਉਹਨਾਂ ਦਾ ਕੋਈ। ਉੱਥੇ ਗੁਰੂ ਘਰ ਦੇ ਵਿੱਚ ਸਾਰਿਆਂ ਦਾ ਸਟੈਟਸ ਜਿਹੜਾ ਉਹ ਇੱਕੋ ਹੀ ਹੈ। ਹਾਂਜੀ ਬਿਲਕੁਲ ਠੀਕ ਹੈ ਜੀ। ਅਤੇ ਲਓ ਜੀ, ਫਿਰ ਅਸੀਂ ਕਮਲ ਸਿੰਘ ਜੀ ਅਤੇ ਸੁਰਜੀਤ ਸਿੰਘ ਫਲੋਰਾ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਜਾਰੀ ਰੱਖ ਰਹੇ ਹਾਂ। ਸੁਰਜੀਤ ਸਿੰਘ ਫਲੋਰਾ ਹੁਣਾਂ ਨੇ, ਕਿਉਂਕਿ ਵੈਸੇ ਇਹ ਅੰਕੜਾ ਜਿਹੜਾ ਸਾਨੂੰ ਸਟੈਟਸ ਕੈਨੇਡਾ ਤੋਂ ਵੀ ਇਹੀ ਪ੍ਰਾਪਤ ਹੋ ਰਿਹਾ ਵੀ 8 ਬਿਲੀਅਨ ਦਾ ਟ੍ਰੇਡ ਹੈ ਐਨੁਅਲੀ ਇੰਡੀਆ ਦੇ ਨਾਲ, ਲੇਕਿਨ ਕਿ ਇਹਨੂੰ ਵਧਾਉਣ ਦਾ ਟਾਰਗੇਟ ਰੱਖਿਆ ਗਿਆ
ਇੰਡੀਆ ਦੇ ਨਾਲ, ਲੇਕਿਨ ਕਿ ਵੱਧ ਨਹੀਂ ਸਕਿਆ ਹੈ ਜੀ ਇਹ ਹਰਪਰ ਸਾਹਿਬ ਦੇ ਨਾਲ ਉਦੋਂ 8 ਦਾ ਕੀਤਾ ਸੀਗਾ ਅਤੇ ਇਹਦੇ ਵਿੱਚ ਉਹ ਵਧਾਉਣਾ ਚਾਹੁੰਦੇ ਸੀ ਕਿ 15 ਤੱਕ ਕੀਤਾ ਜਾਵੇ ਅਤੇ ਲੇਕਿਨ ਕੁਛ ਜਿਹੜੀਆਂ ਮਜਬੂਰੀਆਂ ਇਹਨਾਂ ਦੀਆਂ ਇੱਥੇ ਕੈਨੇਡਾ ਗੌਰਮੈਂਟ ਦੀਆਂ ਹੋਣਗੀਆਂ, ਕੁਛ ਉਹਨਾਂ ਉੱਥੇ ਦੀਆਂ ਵੀ ਹੋਣਗੀਆਂ, ਲੇਕਿਨ ਉਹ ਉੱਥੇ ਤੱਕ ਪਹੁੰਚ ਨਹੀਂ ਸਕਿਆ ਸੀਗਾ। ਸੋ ਲੇਕਿਨ ਹੁਣ ਕਿਆਸ ਰਹੀਆਂ ਤਾਂ ਇਹੀ ਰਹੀਆਂ ਜਾ ਰਹੀਆਂ ਕਿ ਟਰੂਡੋ ਸਾਹਿਬ ਅਤੇ ਮੋਦੀ ਸਾਹਿਬ ਦੇ ਵਿੱਚ ਇੱਦਾਂ ਦਾ ਕੋਈ ਸਮਝੌਤਾ ਹੋਵੇ ਜਿਸ ਦੇ ਨਾਲ ਇਹਦੀ ਜਿਹੜੀ ਜਿਹੜੀ ਹੈਗੀ ਆ ਉਹਨੂੰ 15 ਤੱਕ ਲੈ ਕੇ ਜਾਇਆ ਜਾਵੇ। ਅੱਜ ਕੱਲ੍ਹ ਨਾ ਫਲੋਰਾ ਸਾਹਿਬ ਇੱਥੇ ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਵੀ ਭੰਗ ਦੇ ਟ੍ਰੇਡ ਦੀ ਗੱਲ ਬੜੀ ਚੱਲਦੀ ਆ, ਇਹ ਥੋੜ੍ਹਾ ਜਿਹਾ ਇੰਟਰਨੈਸ਼ਨਲੀ ਆ ਵੀ ਭੰਗ ਵੱਲ ਨੂੰ ਰੁਚੀ ਸਰਕਾਰਾਂ ਦੀ ਲੋਕਾਂ ਦੀ ਵਧੀ ਹੋਈ ਹੈ ਅਤੇ ਭਾਰਤ ਵਿੱਚ ਵੀ ਰਤਨ ਟਾਟਾ ਹੋਣਾ ਦੀ ਜਿਹੜੀ ਸਭ ਤੋਂ ਵੱਡੀ ਕੋਈ ਭੰਗ ਦੀ ਕੰਪਨੀ ਆ ਨਾ ਉੱਥੇ ਟ੍ਰੇਡ ਕਰਨ ਵਾਸਤੇ ਅਤੇ ਉਹ ਰਤਨ ਟਾਟਾ ਦੀ ਆਪਣੀ ਕੰਪਨੀ ਆ ਜੀ। ਸੋ ਭਈ ਇਹ ਵੀ ਗੱਲ ਉੱਠ ਰਹੀ ਆ ਵੀ ਭਾਰਤ ਦੇ ਵਿੱਚ ਜਿਹੜਾ ਭੰਗ ਦਾ ਟ੍ਰੇਡ ਉਹ ਕੈਨੇਡਾ ਦੇ ਨਾਲ ਵੱਧ ਸਕੇ ਕਿਉਂਕਿ ਇੱਥੇ ਲੀਗਲਾਈਜ਼ ਹੋਣ ਜਾ ਰਹੀ ਆ। ਸੋ ਇਹ ਇੱਕ ਟ੍ਰੇਡ ਵਧਾਉਣ ਦਾ ਨਵਾਂ ਰਸਤਾ ਖੁੱਲ੍ਹ ਗਿਆ। ਮੈਨੂੰ ਸੁਣਿਆ, ਮੈਂ ਵੀ ਇਹੀ ਸੁਣਿਆ ਹੈਗਾ ਜਿੱਥੇ ਤੱਕ ਖਬਰਾਂ ਆ ਰਹੀਆਂ ਹੈਗੀਆਂ ਕਿ ਉੱਥੇ ਦੇ ਫਾਰਮਰ ਜਿਹੜੇ ਆ ਉਹ ਵੀ ਚਾਹੁੰਦੇ ਹੈਗੇ ਆ ਕਿ ਹਾਂ ਕੈਨੇਡਾ ਦੇ ਨਾਲ ਇਸ ਤਰ੍ਹਾਂ ਦਾ ਕੋਈ ਭੰਗ ਦਾ ਜਿਹੜਾ ਆ ਉਹ ਬਿਜ਼ਨਸ ਜਿਹੜਾ ਵਪਾਰ ਜਿਹੜਾ ਆ ਸ਼ੁਰੂ ਹੋ ਜਾਵੇ ਜਿਸ ਦੇ ਨਾਲ ਉਹਨਾਂ ਦਾ ਵੀ ਕੁਛ ਬਣ ਜਾਵੇ ਅਤੇ ਕੈਨੇਡਾ ਦਾ ਜਿਹੜਾ ਬਿਜ਼ਨਸ ਆ ਅਤੇ ਇੰਡੀਆ ਦਾ ਬਿਜ਼ਨਸ ਆ ਉਹਦੇ ਵਿੱਚ ਜਿਹੜਾ ਵਾਧਾ ਹੋ ਸਕੇ। ਅਤੇ ਇਹ ਹੁਣ ਆਪਣੇ ਟਰੂਡੋ ਸਾਹਿਬ ਕੀ ਕਰਦੇ ਉੱਥੇ, ਕਿਸ ਤਰ੍ਹਾਂ ਇਹਨੂੰ ਹਾਲੇ ਵੀ ਦਿੰਦੇ ਆ ਹਰੀ ਝੰਡੀ ਜਾਂ ਨਹੀਂ ਦਿੰਦੇ, ਸੋ ਇਹ ਆਪਾਂ ਹੁਣ ਉਹ ਤਾਂ ਬਾਅਦ 'ਚ ਪਤਾ ਲੱਗੂਗਾ ਉਹਨਾਂ ਜਾਣ ਤੋਂ ਦੇਖੋ ਕਿੰਨੇ ਕੁ ਸਮਝੌਤੇ ਕਰਕੇ ਆਉਂਦੇ ਕਿੰਨੇ ਕੁ ਆਉਂਦੇ। ਸ਼ਾਇਦ ਗਵਰਨਮੈਂਟ ਉਹਨਾਂ ਚਿਰ 'ਤੇ ਕੋਈ ਹਰੀ ਝੰਡੀ ਨਹੀਂ ਦੇ ਸਕਦੀ ਕਿਉਂਕਿ ਜਿੰਨਾ ਚਿਰ ਹਜੇ ਇਹਨਾਂ ਨੇ ਉਸ ਲਾਅ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਹੈ ਜੀ। ਸੈਨੇਟ ਦੇ ਵਿੱਚ ਹੈ ਬਿੱਲ C-45, ਅਜੇ ਉਹਨੂੰ ਹਰੀ ਝੰਡੀ ਨਹੀਂ ਮਿਲੀ ਸੈਨੇਟ ਤੋਂ, ਉਹਨਾਂ ਚਿਰ ਸ਼ਾਇਦ ਗਵਰਨਮੈਂਟ ਕੁਝ ਨਹੀਂ ਕਰ ਸਕਦੀ। ਪਰ ਹਾਂਜੀ ਕਿ ਜਿੰਨਾ ਵੱਡਾ ਸਾਡਾ ਅਦਾਰਾ ਵਾ ਪੰਜਾਬੀਆਂ ਦਾ ਇੱਥੇ, ਉਹਦੇ ਹਿਸਾਬ ਨਾਲ ਸਾਰੇ ਇੰਡੀਆ ਨਾਲ ਟੋਟਲ 8 ਮਿਲੀਅਨ ਦਾ ਜਿਹੜਾ ਬਿਜ਼ਨਸ ਆ ਬਹੁਤ ਛੋਟਾ, ਬਹੁਤ ਥੋੜ੍ਹਾ ਜੀ, ਰਾਈਟ। ਡੈਫੀਨੇਟਲੀ ਮੇਰਾ ਖਿਆਲ ਕੋਈ ਐਸੇ ਸਟੈਪ ਚੁੱਕੇ ਜਾਣੇ ਚਾਹੀਦੇ ਆ ਜਿਹਦੇ 'ਚ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹਨੂੰ ਵੀ ਕੋਈ ਆਸਰਾ ਮਿਲੇ, ਹੋਰ ਉਹਨਾਂ ਦੇ ਜਿਹੜੀ ਉਪਜ ਆ ਉਹਨਾਂ ਦੇ ਵੱਧ ਮੁੱਲ ਮਿਲੇ। ਸੋ ਮੇਰਾ ਖਿਆਲ ਮਾਰਕੀਟ ਛੱਡ ਕੇ 15 ਮਿਲੀਅਨ ਛੱਡ ਕੇ 50 ਮਿਲੀਅਨ ਵੀ ਬਹੁਤ ਥੋੜ੍ਹਾ। ਜਿਹੜੀ ਭੰਗ ਦੇਖੋ ਇੱਥੇ ਗ੍ਰੀਨ ਹਾਊਸ ਦੇ ਵਿੱਚ ਮਹਿੰਗੀ, ਇਹਨਾਂ ਨੇ ਬੀਜ ਕੇ ਕਾਸ਼ਤ ਕਰਨੀ, ਉੱਥੇ ਤਾਂ ਸਸਤੀ ਬਾਹਰ ਖੇਤਾਂ 'ਚੋਂ ਜਾਣੀ। ਹਾਂਜੀ ਹਾਂ ਬਿਲਕੁਲ। ਸੋ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋ ਸਕਦਾ? ਲੇਕਿਨ ਕਿਸਾਨਾਂ ਨੂੰ ਕਿੱਦਾਂ ਕੁ ਫਾਇਦਾ ਹੋਵੇਗਾ ਆਪਾਂ ਨੂੰ ਭਾਰਤ ਦੀ ਨੀਤੀ ਦਾ ਬਿਲਕੁਲ ਅੰਦਾਜ਼ਾ ਹੈਗਾ ਆ। ਸੋ ਉਹ ਗਵਰਨਮੈਂਟ ਤੱਕ ਕਿੱਦਾਂ ਕੁ ਜਾਏਗਾ ਅਤੇ ਕਿਸਾਨਾਂ ਤੱਕ ਕਿੱਥੇ ਜਾ ਕਿੰਨਾ ਕੁ ਜਾਏਗਾ? ਸੋ ਉਹ ਵੀ ਇੱਕ ਕਿਸਾਨ ਨੂੰ ਕੀ ਮਿਲਦਾ ਜੇ 2-5 ਰੁਪਏ ਕਿਲੋ ਗੰਢੇ ਵੇਚ ਕੇ ਅਤੇ ਬਾਅਦ 'ਚੋਂ 80 ਰੁਪਏ ਕਿਲੋ ਵਿਕਣੇ ਆ? ਪਰ ਦੂਜੇ ਪਾਸੇ ਕਮਲ ਸਿੰਘ ਜੀ ਵੀ ਇਹ ਡੋਡਿਆਂ ਦੀ ਫੀਮ ਦੀ ਕਾਸ਼ਤ ਕਰਕੇ ਅਫਗਾਨਿਸਤਾਨ ਕਿੱਥੇ ਕੁ ਪਹੁੰਚਿਆ ਆਪਾਂ ਨੂੰ ਪਤਾ ਹੀ ਕਿਤੇ ਵੀ ਨਹੀਂ ਕਿੱਥੇ ਪਹੁੰਚਣਾ। ਹਾਂਜੀ, ਸੋ ਇਹ ਫਿਰ ਭੰਗ ਦੀ ਖੇਤੀ ਕਰਕੇ ਪੰਜਾਬ ਦੇ ਕਿਸਾਨ ਕਿੱਥੇ ਪਹੁੰਚ ਲੈਣਗੇ? ਸੋਚ ਹੀ ਹੈ ਨਾ ਇਹਦੇ ਵਿੱਚ ਕੋਈ ਵਾਧਾ ਹੋ ਸਕਦਾ। ਹਾਂਜੀ, ਹੋਰ ਕਿਹੜੇ ਹੋਰ ਟ੍ਰੇਡ ਨਹੀਂ ਹੈਗੇ, ਬਹੁਤ ਟ੍ਰੇਡ ਨੇ ਜਿਹਨਾਂ ਦੇ ਵਿੱਚ ਆਪਾਂ ਕੈਨੇਡਾ ਪੰਜਾਬ ਇੰਡੀਆ ਜਿਹੜਾ ਸਾਰਾ ਉਹ ਕਈ ਬਿਜ਼ਨਸ ਕਰ ਸਕਦੇ ਆ। ਇਨਵਾਇਰਮੈਂਟ ਇਸ ਵੇਲੇ ਸਭ ਤੋਂ ਵੱਡਾ ਉੱਥੇ ਇਸ਼ੂ ਹੈ, ਹਵਾ ਅਤੇ ਪਾਣੀ ਦੂਸ਼ਿਤ ਹੋ ਚੁੱਕੇ ਆ ਬਿਲਕੁਲ। ਔਰ ਕੈਨੇਡਾ ਨਵਦੀਪ ਸਿੰਘ ਬੈਂਸ ਦੱਸਦੇ ਸੀ ਕਿ ਪਾਣੀ ਸਾਫ਼ ਜਿਹੜਾ ਲੋਕਾਂ ਨੂੰ ਪ੍ਰੋਵਾਈਡ ਕਰਾਉਣ ਵਾਸਤੇ ਟੈਕਨੋਲੋਜੀ ਜਿਹੜੀ ਆ ਇੱਥੇ ਨਵੀਨਤਮ ਉਪਲਬਧ ਹੈ ਜਿਹੜੀ ਕਿ ਉੱਥੇ ਮਿਲ ਸਕਦੀ ਆ। ਸੋ ਪੰਜਾਬ ਦੀ ਸਰਕਾਰ ਇਹ ਤੋਂ ਲਾਭ ਲੈ ਸਕਦੀ ਸੀ ਕਿਉਂਕਿ ਪੰਜਾਬ ਦਾ ਪਾਣੀ ਦੂਸ਼ਿਤ ਹੈ ਜੀ। ਬੜਾ ਸਸਤਾ ਸਿਸਟਮ ਹੈਗਾ ਇੱਥੇ, ਰਿਚਮੰਡ ਹਿਲ 'ਚ ਕੰਪਨੀ ਹੈ ਆਪਣੇ ਬੰਦਿਆਂ ਦੀ, ਇੰਜੀਨੀਅਰ ਬੰਦਿਆਂ ਦੀ ਕੰਪਨੀ ਹੈ, ਉਹ ਬਣਾਉਂਦੇ ਨੇ ਉਹ ਐਡਾ ਕਨਸਟਰ ਜਿਹਾ ਜੀ, ਉਹ ਮਤਲਬ ਉਹਦੇ ਨਾਲ ਪਾਣੀ ਤੁਸੀਂ ਸਾਫ਼ ਜਿਹਾ ਮਤਲਬ ਕਰ ਸਕਦੇ ਹੋ, ਔਰ ਕੋਈ ਬਿਜਲੀ ਦੀ ਲੋੜ ਨਹੀਂ, ਕਿਸੇ ਚੀਜ਼ ਟੈਕਨੋਲੋਜੀ ਦੀ ਲੋੜ ਨਹੀਂ ਹੈ। ਉਹ ਬੜਾ ਵਧੀਆ ਉਹਨਾਂ ਨੂੰ ਭੇਜਿਆ ਸੀ 500 ਪੀਸਿਸ ਲਾਸਟ ਟਾਈਮ ਇੱਕ ਵਾਰੀ। ਅੱਛਾ ਜੀ, ਸਬ ਸੈਂਪਲ ਵਾਸਤੇ ਅਤੇ ਉਹ ਜੇ ਉੱਥੇ ਹੁਣ ਪਾਣੀ ਦੀ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਆ, ਸਾਫ਼ ਪਾਣੀ ਤਾਂ ਮਿਲਦਾ ਹੀ ਨਹੀਂ, ਤੁਸੀਂ ਲੱਭ ਹੀ ਨਹੀਂ ਸਕਦੇ। ਪਰ ਹੁਣ ਉਹ ਸਾਫ਼ ਪਾਣੀ ਜਿਹਨਾਂ ਨੂੰ ਚਾਹੀਦਾ ਉਹ ਜੇ ਥੋੜ੍ਹਾ ਜਿਹਾ ਉੱਦਮ ਕਰਨ ਘੱਟੋ ਘੱਟ ਉਹਦੇ ਨਾਲ, ਉੱਥੇ ਦੇਖੋ ਉੱਥੇ ਪਤਾ ਕੀ ਹੈ ਕਿ ਜਿਹੜੇ ਵਿਹਲੇ ਲੋਕ ਆ ਸਰਕਾਰ ਨੂੰ ਕਹਿੰਦੇ ਤੁਸੀਂ ਆਹ ਕਰੋ ਤੁਸੀਂ ਆਹ ਕਰੋ, ਅਸੀਂ ਕੁਛ ਨਹੀਂ ਕਰਨਾ, ਦਿੱਲੀ ਨਹੀਂ ਜਾਂਦੇ। ਮੋਦੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਦੇ ਵਿੱਚ ਕਿ ਤੁਹਾਡੀ ਜਿਹੜੀ ਇਨਕਮ ਆ 1.5 ਗੁਣਾ ਮਤਲਬ ਹੋ ਜਾਏਗੀ। ਮੋਦੀ ਸਾਹਿਬ ਨੇ ਜਿੰਨੇ ਵੀ ਖੁਦਕੁਸ਼ੀਆਂ ਹੋਈਆਂ ਨੇ ਜਦ ਤੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਆ, ਮੇਰਾ ਖਿਆਲ ਸਾਰੀਆਂ ਖੁਦਕੁਸ਼ੀਆਂ ਸਾਰੇ ਹਿੰਦੁਸਤਾਨ 'ਚ ਜਿੰਨੀਆਂ ਕਿਸਾਨਾਂ ਨੇ ਕੀਤੀਆਂ ਉਹਦੇ ਜ਼ਿੰਮੇਵਾਰ ਮੋਦੀ ਸਾਹਿਬ ਨੇ। ਜੇ ਇਹਨਾਂ ਨੇ ਉਹ ਜਿਹੜਾ ਆਪਣਾ ਪ੍ਰੋਮਿਸ ਪੂਰਾ ਕੀਤਾ ਹੁੰਦਾ ਜਿਹੜਾ ਕਿ ਹੁਣ ਵੀ ਲਾਲੀਪੋਪ ਦਿੱਤਾ ਉਹਦੇ ਵਿੱਚ ਮਿੱਠਾ ਹੈ ਨਹੀਂ। ਤੁਸੀਂ ਜੇ ਮੋਦੀ ਸਾਹਿਬ ਨਾਲ ਜਾ ਕੇ ਗੱਲ ਕਰੋ ਨਾ, ਕਿਉਂਕਿ ਅਸੀਂ ਕੀਤੀ ਆ ਮੰਤਰੀਆਂ ਨਾਲ ਜਿੰਨੀ ਵੀ ਉੱਥੇ ਪੰਜਾਬ ਦੇ ਵਿੱਚ, ਉਹ ਕਹਿੰਦੇ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਆਪਣੀ ਗਲਤੀ ਆ, ਸਰਕਾਰ ਦੀ 'ਚ ਕੋਈ ਗਲਤੀ ਨਹੀਂ। ਵੇਖੋ, ਲੇਕਿਨ ਜਿਹੜਾ ਇੱਕ ਸਾਹਮਣੇ ਮੁੱਦਾ ਆਉਂਦਾ ਵੀ ਜੇ ਸਰਕਾਰ ਸਾਡਾ ਕਰਜ਼ਾ ਮਾਫ਼ ਕਰਦਾ, ਉਹ ਕਹਿੰਦੇ ਜੀ ਵੀ ਖੇਤਾਂ ਦੇ ਵਿੱਚ ਮਜ਼ਦੂਰੀ ਕਰਨ ਵਾਲੇ, ਇੱਟਾਂ ਥੱਪਣ ਵਾਲੇ, ਭੱਠਿਆਂ 'ਤੇ ਕੰਮ ਕਰਨ ਵਾਲੇ ਕਿਉਂ ਨਹੀਂ ਕਰਦੇ ਖੁਦਕੁਸ਼ੀਆਂ? ਕਿਸਾਨ ਕਿਉਂ ਕਰਦਾ? ਉਹ ਸਾਰਾ ਦਿਨ ਮਿਹਨਤ ਕਰਦੇ, ਸਖ਼ਤ ਤੋਂ ਸਖ਼ਤ ਮਿਹਨਤ ਕਰਦੇ। ਉਹ ਕਹਿੰਦੇ ਜੀ ਵੀ ਇੰਨੇ ਖਰਚੇ ਆਪਣੇ
ਕੰਟਰੋਲ ਚ ਨਹੀਂ ਜ਼ਿਆਦਾ ਕੀਤੇ, ਲੋੜੋਂ ਵੱਧ ਕਰਜ਼ੇ ਲੈ ਲਏ, ਲਿਮਟਾਂ ਬਣਾ ਲਈਆਂ, ਉਹਨਾਂ ਨੂੰ ਗਲਤ ਜਗ੍ਹਾ ਤੇ ਲਗਾਇਆ, ਇਨਵੈਸਟ ਕੀਤਾ, ਵਿਆਹਾਂ ਤੇ ਲਾਤਾ, ਕੋਠੀਆਂ ਬਣਾ ਲਈਆਂ, ਕਾਰਾਂ ਖਰੀਦ ਲਈਆਂ, ਹਨਾ, ਤੇ ਫਿਰ ਆਪਾਂ ਕਿਵੇਂ, ਮਤਲਬ ਮੰਤਰੀ ਸਾਹਿਬ ਤੇ ਉਹ ਕਹਿੰਦੇ ਜੀ ਅਸੀਂ ਨਹੀਂ ਜ਼ਿੰਮੇਵਾਰ, ਕਿਉਂਕਿ ਆਹ ਕੰਮ ਇਹਨਾਂ ਨੇ ਕੀਤੇ, ਕਰਜ਼ੇ ਲੈ ਕੇ ਤੁਹਾਨੂੰ ਭੁਗਤ ਰਹੇ ਆ ਜੀ। ਤੇ ਫਿਰ ਜਦੋਂ ਜੇ ਫਰਜ਼ ਕਰੋ ਸੈਂਟਰ ਗਵਰਨਮੈਂਟ ਨੇ ਹਾਲਾਂਕਿ ਫਲੈਟ ਲਈ ਰਿਫਿਊਜ਼ ਕਰਤਾ ਪੰਜਾਬ ਨੂੰ ਕਿ ਅਸੀਂ ਤੁਹਾਡਾ ਕੁਛ ਨਹੀਂ ਕਰ ਸਕਦੇ, ਤੁਸੀਂ ਕਿਸਾਨਾਂ ਨਾਲ ਕੋਈ ਨਿਬੜੋ, ਤੇ ਜਦੋਂ ਗਵਰਨਮੈਂਟ ਨੇ ਕਿਹਾ ਕਿ ਅਸੀਂ ਕਰ ਰਹੇ ਹਾਂ ਤੁਹਾਡਾ ਇੰਨਾ, ਫਿਰ ਕਿਹੜੇ ਲੋਕ ਹਟ ਗਏ? ਠੀਕ ਹੈ, ਖੁਦਕੁਸ਼ੀਆਂ ਤਾਂ ਫਿਰ ਵੀ ਕਰੀ ਗਏ ਨਾ, ਜਦੋਂ ਗਵਰਨਮੈਂਟ ਕਹਿ ਰਹੀ ਹੈ ਹੁਣ ਕਰ ਤੇ ਰਹੀ ਹੈ ਨਾ, ਭਾਵੇਂ ਚਲੋ ਸਾਰਾ ਕੁਛ ਨਹੀਂ ਕਰ ਰਹੇ, ਜਿੰਨਾ ਕਰ ਰਹੇ ਇਹਦੇ ਨਾਲ ਹਲਪ ਤਾਂ ਹੈ, ਉਹ ਕਾਫੀ ਵੱਡੇ ਅਦਾਰੇ ਨੂੰ 10-10.25 ਲੋਕਾਂ ਨੂੰ, 10 ਲੋਕਾਂ ਨੂੰ ਉਹਦਾ ਫਾਇਦਾ ਹੋ ਜਾਣਾ, ਲੇਕਿਨ ਉਹ ਕਰ ਉਹਨੂੰ ਟਾਈਮ ਠੀਕ ਹੈ ਲੱਗਿਆ, ਜਿੱਦਾਂ ਕਿਹਾ ਸੀ ਕਿ ਅਸੀਂ ਝਟਪਟੀ ਕਰ ਦਿਆਂਗੇ, ਉਹ ਨਹੀਂ। ਕਮਲ ਸਿੰਘ ਜੀ, ਤੁਹਾਡੇ ਨਾਲ ਖਾਸ ਤੌਰ 'ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਦਾ ਮਕਸਦ ਇਹੋ ਸੀਗਾ ਵੀ ਪੰਜਾਬ ਸਰਕਾਰ ਤੱਕ ਕੋਈ ਸੰਦੇਸ਼ ਪਹੁੰਚਾਓ ਵੀ ਜੇ ਉਹ, ਕਿਉਂਕਿ ਕੈਨੇਡਾ ਨੂੰ ਪੰਜਾਬ ਦੀ ਸ਼ਾਇਦ ਓਨੀ ਲੋੜ ਨਹੀਂ, ਮੈਸੇਜ ਤਾਂ ਹੁਣ ਵੀ ਚਲਾ ਗਿਆ, ਪਰ ਅਸੀਂ ਆਪਣੇ ਲੈਵਲ 'ਤੇ ਆਪਣੀ ਜਿਹੜੀ ਡਿਊਟੀ ਹੈ ਜਿੰਨਾ ਪੰਜਾਬ ਕੈਨੇਡਾ ਤੋਂ ਲਾਭ ਉਠਾ ਸਕਦਾ, ਉਦੋਂ ਜਦੋਂ ਕਿ ਸਾਡੇ ਆਪਣੇ ਇਲੈਕਟਡ MP ਮੰਤਰੀ ਸਾਹਿਬ ਬੈਠੇ ਆ ਜਿਨ੍ਹਾਂ ਨੇ ਡਿਸੀਜ਼ਨ ਬਣਾਉਣੇ ਆ ਜੀ, ਅਤੇ ਇਹ ਹੁਣ ਜੇ ਉੱਥੇ ਦੀ ਸਰਕਾਰ ਨਾ ਪਹਿਲ ਕਦਮੀ ਕਰੇ ਤਾਂ ਪੰਜਾਬ ਦੇ ਲੋਕਾਂ ਦੇ ਲਈ ਇਹ ਮੰਦਭਾਗੀ ਗੱਲ ਹੋਊਗੀ, ਇਹ ਕੋਈ ਸੰਦੇਸ਼ ਪਹੁੰਚਾਓ ਉੱਥੇ। ਮੈਂ ਉਹੀ ਕਹਿੰਦਾ ਤੁਹਾਨੂੰ ਕਿ ਮੈਸੇਜ ਤਾਂ ਵੈਸੇ ਵੀ ਹੁਣ ਜਦੋਂ ਆਪਾਂ ਗੱਲਬਾਤ ਵੀ ਕਰ ਰਹੇ ਹਾਂ, ਬਹੁਤ ਸਾਰੀ ਦੁਨੀਆ ਦੇਖ ਰਹੀ ਪ੍ਰੋਗਰਾਮ ਤੁਹਾਡੇ ਵੀ ਉੱਥੇ ਲੋਕ ਦੇਖਦੇ ਆ, ਲੇਕਿਨ ਜਿਹੜੀ ਤੁਸੀਂ ਗੱਲ ਸਪੈਸੀਫਿਕਲੀ ਕਰਨੇ ਹੋ, ਡੈਫੀਨੇਟਲੀ ਅਸੀਂ ਮੈਂ ਆਪਣੀ ਡਿਊਟੀ ਕਰਦਾ ਰਹਿੰਦਾ ਕਿ ਬਗੈਰ ਪੁੱਛਿਆ ਦੱਸਿਓ ਜਿਹੜੀ ਚੀਜ਼ ਆਪਾਂ ਮਹਿਸੂਸ ਕਰਦੇ ਹਾਂ ਕਿ ਇੱਦਾਂ ਹੋਣਾ ਚਾਹੀਦਾ, ਆਪਣਾ ਸਲਾਹ ਅਸੀਂ ਆਪਣੀ ਭੇਜ ਦਿੰਦੇ। ਹੁਣ ਤੁਸੀਂ ਦੇਖੋ ਨਾ ਵੀ ਪੂਰਾ ਸਾਲ ਅੜੀ ਕਰਕੇ ਕੈਪਟਨ ਸਾਹਿਬ ਨੇ ਕੋਈ ਪ੍ਰਾਪਤੀ ਕਰ ਲਈ? ਨਹੀਂ, ਉਹ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹਦੇ ਵਿੱਚ, ਕਿਉਂਕਿ ਪ੍ਰਾਪਤੀ ਨਿੱਜੀ ਪ੍ਰਾਪਤੀਆਂ ਕਰਨ ਨੂੰ ਲੋਕਾਂ ਨੇ ਉਹਨਾਂ ਨੂੰ ਇਲੈਕਟ ਨਹੀਂ ਕੀਤਾ, ਪੰਜਾਬ ਦੇ ਲੋਕਾਂ ਦੇ ਲਈ ਪ੍ਰਾਪਤੀਆਂ ਕਰਨ ਨੂੰ ਉਹਨਾਂ ਨੂੰ ਇਲੈਕਟ ਕੀਤਾ ਗਿਆ ਜੀ। ਬਿਲਕੁਲ, ਹੀ ਇਜ਼ ਟ੍ਰਾਇੰਗ ਹਿਜ਼ ਬੈਸਟ, ਮੈਂ ਤੁਹਾਨੂੰ ਦੱਸ ਦਵਾਂ, ਇਹ ਤੋਂ ਵਧੀਆ ਮੇਰਾ ਖਿਆਲ ਨਹੀਂ ਕੋਈ ਸਾਲ ਅਜੇ ਤੱਕ 10 ਸਾਲ ਬਾਅਦ ਸਰਕਾਰ ਰਹਿ ਗਈ ਹੈ, ਉਹਨਾਂ ਨੇ ਕਿਹੜੇ ਸਲਿਊਸ਼ਨ ਕੋਈ ਕੱਢਿਆ ਕਿਸੇ ਚੀਜ਼ ਦਾ? ਇਹ ਤਾਂ ਇਹਨਾਂ ਨੂੰ 10 ਮਹੀਨੇ ਹੀ ਹੋਏ ਆ। ਅੱਛਾ, ਸਾਲ ਹੋ ਗਿਆ ਹੁਣ? ਹਾਂ, ਚਲੋ ਸਾਲ ਤਾਂ ਅਜੇ ਨਹੀਂ ਹੋਇਆ, ਹੋ ਜਾਏਗਾ ਥੋੜ੍ਹੇ ਦਿਨ ਹੋ ਜਾਊਗਾ। ਹਾਂ, ਤੇ ਸਾਲ ਹੀ ਹੋ ਗਿਆ, ਫਰਵਰੀ ਦੇ ਵਿੱਚ ਹੀ ਬਣੇ ਸੀ। ਮੇਰਾ ਮਤਲਬ ਵੀ ਆਈ ਥਿੰਕ ਇਹ ਜਿਹੜੀ ਸਿਚੁਏਸ਼ਨ ਜਦੋਂ ਪਹਿਲਾਂ ਕੈਪਟਨ ਸਾਹਿਬ ਚੀਫ ਮਿਨਿਸਟਰ ਬਣੇ ਸੀ, ਇਹ ਸਿਚੁਏਸ਼ਨ ਉਦੋਂ ਵੀ ਸੀ। ਅੱਛਾ ਜੀ, ਉਦੋਂ ਇਦਾਂ ਸੀ ਕਿ ਆ ਇਦਾਂ ਦਾ ਕੋਈ ਵੱਡਾ ਪ੍ਰੋਮਿਸ ਨਹੀਂ ਸੀ ਹੈਗਾ, ਲੇਕਿਨ 1.5 ਸਾਲ ਲੱਗਿਆ ਸੀ ਉਹਨਾਂ ਨੂੰ ਉਦੋਂ, ਘੱਟੋ ਘੱਟ ਕੈਨੇਡਾ ਦੇ ਨਾਲ ਕੋਈ ਅੜੀ ਵਾਲਾ ਉਹਨਾਂ ਦਾ ਵਤੀਰਾ ਨਹੀਂ ਸੀ, ਹੁਣ ਵੀ ਨਹੀਂ ਹੈ। ਅੱਛਾ, ਹੁਣ ਜੇ ਉਹਨਾਂ ਨੂੰ ਜੀ ਆਇਆਂ ਕਰਨ ਵਾਸਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਜੀ ਆਇਆਂ ਕਰਾਂਗੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਤਾਂ ਇਹਦਾ ਮਤਲਬ ਹੀ ਇਜ਼ ਨਾਟ ਕੁੜਿੱਕੇ ਵਾਲੀ ਗੱਲ ਤਾਂ ਉਹਨਾਂ ਦੇ ਦਿਮਾਗ 'ਚ ਨਹੀਂ। ਜੀ ਫਲੋਰਾ ਸਾਹਿਬ, ਮੇਰੇ ਮਨ 'ਚ ਇੱਕ ਕੁਐਸਚਨ ਇਹ ਆ ਰਿਹਾ ਸੀਗਾ, ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਵੀ ਉਹ ਸ਼ਿਕਾਗੋ ਤੋਂ ਮੁੜ ਕੇ ਚਲੇ ਗਏ ਸੀ, ਵੀ ਸ਼ਿਕਾਗੋ ਤੋਂ ਆਪਾਂ ਇਹ ਵੀ ਕਿਹਾ ਵੀ ਉੱਥੇ ਕੁਛ ਖਾਲਿਸਤਾਨੀ ਲੋਕਾਂ ਨੇ ਝੰਡੇ ਉਹ ਹਿਲਾਏ ਅਤੇ ਉਹਦੇ ਕਰਕੇ ਵੀ ਉੱਥੋਂ ਉਹਨਾਂ ਨੂੰ ਲੱਗਿਆ ਵੀ ਜ਼ਿਆਦਾ ਇਹਨਾਂ ਦਾ ਦਾਤਾ ਲੱਗਿਆ ਹੋਇਆ ਹੈਗਾ ਵੀ ਉਹ ਵਾਪਸ ਚਲੇ ਗਏ, ਅਤੇ ਮੈਨੂੰ ਇਹ ਦੱਸ ਸਕਦੇ ਹਾਂ ਕਿ ਕੀ ਉਹਨਾਂ ਨੂੰ ਇਹੀ ਲੱਗ ਰਿਹਾ ਸੀ ਵੀ ਕੈਨੇਡਾ ਜਦੋਂ ਜਾਊਗੇ ਤਾਂ ਉੱਥੇ ਵੀ ਜਿਹੜੇ ਖਾਲਿਸਤਾਨੀ ਆ ਗਿਆ ਤੇ ਉਹਨਾਂ ਲਈ? ਨਹੀਂ, ਉਹ ਜਦੋਂ ਇਹ ਜਿਹੜੀ ਕੰਟਰੋਵਰਸੀ ਖੜੀ ਹੋਈ ਹੈ ਨਾ ਜਿਹੜੀ ਕੋਰਟ ਐਕਸ਼ਨ ਦੀ, ਉਸ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਅਵਾਇਡ ਕਰਨਾ ਚਾਹਿਆ, ਕਿਉਂਕਿ ਉੱਥੇ ਉਹਨਾਂ ਨੇ ਜਦੋਂ ਸੋਨੀਆ ਗਾਂਧੀ ਜੀ ਆਏ ਸੀ ਤਾਂ ਉਹਨਾਂ ਨੂੰ ਵੀ ਉਹ ਕੋਰਟ ਆਰਡਰ ਦੇਣ ਦੀ ਕੋਸ਼ਿਸ਼ ਕੀਤੀ ਸੀ ਖਾਲਿਸਤਾਨੀਆਂ ਨੇ। ਚਲੋ ਠੀਕ ਹੈ ਕਿ ਉਹ ਡੋਟਸ ਤੋਂ ਡਰਦੇ ਉੱਥੋਂ ਚਲੇ ਗਏ, ਸੋ ਲੇਕਿਨ ਉਹ ਫਿਰ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਜਾਂ ਸੱਜਣ ਸਾਹਿਬ ਜਾਂ ਕੋਈ ਵੀ ਸਾਡੇ ਜਿਹੜੇ ਮਿਨਿਸਟਰ ਹੈਗੇ ਆ ਉਹਨਾਂ ਦਾ ਰੰਜਿਸ਼ ਜਿਹੜੀ ਕੱਢ ਰਹੇ? ਨਹੀਂ ਦੇਖੋ, ਡੱਕ ਨਹੀਂ ਕੋਈ ਸਕਦਾ ਕਿਸੇ ਨੂੰ ਵੀ, ਜੇ ਕੋਈ 10 ਬੰਦੇ 100 ਬੰਦਾ 50 ਬੰਦੇ ਕੋਈ ਆਪਣਾ ਮਤ ਰੱਖਦੇ ਆ, ਕੋਈ ਏਦਾਂ ਦਾ ਕੋਈ ਐਕਸ਼ਨ ਕਰਨਾ ਚਾਹੁੰਦੇ ਤਾਂ ਉਹਦੇ ਵਾਸਤੇ ਉਹਦਾ ਇਲਾਜ ਵੀ ਹੈਗਾ, ਸਰਕਾਰ ਬੈਠੀ ਹੈ, ਸਿਕਿਉਰਿਟੀ ਬੈਠੀ ਹੈ, ਅਤੇ ਐਸੀ ਕੋਈ ਗੱਲ ਨਹੀਂ ਹੈ ਵੀ ਉਹ ਡਰਦੇ ਨਹੀਂ ਚਲੇ ਗਏ, ਉਹ ਉਹਨਾਂ ਨੇ ਇਸ ਗੱਲ ਨੂੰ ਅਵਾਇਡ ਕਰਨਾ ਚਾਹਿਆ ਕਿ ਹੋਰ ਕੋਈ ਨਵੀਂ ਕੰਟਰੋਵਰਸੀ ਹੈ। ਕਹਿਣ ਦਾ ਮਤਲਬ ਰਹੀ ਗੱਲ ਸ਼ਿਕਾਗੋ ਤੋਂ ਨਹੀਂ ਬੋਲ ਕੇ ਗਏ, ਇਹ ਗਲਤ ਬਿਆਨਬਾਜ਼ੀ ਹੈ, ਉਹ ਸਾਰਾ ਅਮਰੀਕਾ ਏਜੰਸੀ ਸੀ ਉਹਨਾਂ ਦਾ ਪ੍ਰੋਗਰਾਮ ਸੀ ਸਾਰੇ ਅਟੈਂਡ ਕੀਤੇ ਨੇ, ਉਹ ਤਾਂ ਕੀਤੇ ਉਹਨਾਂ ਨੇ, ਮੇਰਾ ਮਤਲਬ ਉਹ ਫਲਾਈਟ ਲਈ ਉਹਨਾਂ ਨੇ ਐਂਡ ਤੇ ਤਾਂ ਸ਼ਿਕਾਗੋ ਤੋਂ ਗਏ, ਕਹਿਣ ਦਾ ਮਤਲਬ ਉਹ ਫਲਾਈਟ ਤਾਂ ਉੱਥੋਂ ਕਿਤੋਂ ਲੈਣੀ ਸੀ, ਮੇਰਾ ਮਤਲਬ ਜੇ ਇੱਧਰ ਨੂੰ ਆਉਂਦੇ ਤਾਂ ਵੀ ਫਲਾਈਟ ਉੱਥੇ ਕਿਤੋਂ ਲੈਣੀ ਸੀ, ਇਹੀ ਹੈ ਤਾਂ ਉੱਥੋਂ ਫਲਾਈਟ ਇੱਧਰ ਲਈ ਲੈਣੇ, ਉਹ ਸ਼ਿਕਾਗੋ ਹੀ ਜਾਣਾ ਸੀ, ਸ਼ਿਕਾਗੋ ਫਲਾਈਟ ਲਈ ਬੜਿਆ ਹਾਂਜੀ, ਮੇਰਾ ਮਤਲਬ ਤਾਂ ਕਹਿਣ ਦਾ ਇਹ ਸੀਗਾ ਵੀ ਜੇਕਰ ਉਹ ਆਪਣੀ ਮਰਜ਼ੀ ਦੇ ਨਾਲ ਗਏ ਹੈਗੇ ਆ ਤੇ, ਲੇਕਿਨ ਨਹੀਂ ਮਰਜ਼ੀ ਨਾਲ ਨਹੀਂ ਗਏ, ਉਹਨਾਂ ਨੂੰ ਲੈਟਰ ਗਿਆ ਪ੍ਰਾਈਮ ਮਿਨਿਸਟਰ ਟਰੂਡੋ ਵੱਲੋਂ ਚਿੱਠੀ ਲੈਟਰ ਗਿਆ ਕਿ ਮਤਲਬ ਤੁਸੀਂ ਇੱਥੇ ਆ ਕੇ ਇੱਦਾਂ ਦਾ ਕੋਈ ਭਾਸ਼ਣ ਨਹੀਂ ਦੇ ਸਕਦੇ, ਜਿਹੜਾ ਜਿਹੜਾ ਤੁਸੀਂ ਫੰਕਸ਼ਨ ਹੈ ਉਹ ਪੋਲੀਟੀਕਲ ਫੰਕਸ਼ਨ ਨਹੀਂ ਕਰ ਸਕਦੇ। ਇੰਡੀਆ ਦੇ ਚੀਫ ਸੈਕਟਰੀ ਦਿਸ ਵਾਜ਼ ਰਿਟਨ ਬਾਈ ਆਫਿਸ ਆਫ ਪ੍ਰਾਈਮ ਮਿਨਿਸਟਰ ਟਰੂਡੋ, ਨਹੀਂ ਨਹੀਂ ਨਹੀਂ, ਇੰਡੀਆ ਦੇ ਫੋਰਨ ਸੈਕਟਰੀ ਨੇ ਉਹਨਾਂ ਨੂੰ ਆਪ ਫੋਨ ਕੀਤਾ ਵੀ ਤੁਸੀਂ ਆ ਆ ਕੰਮ ਉੱਥੇ ਜਾ ਕੇ ਨਹੀਂ ਕਰਨਾ, ਇੱਕੋ ਗੱਲ ਹੋ ਗਈ,
ਇੱਕੋ ਗੱਲ ਕਿੱਦਾਂ ਹੋ ਗਈ? ਇੰਡੀਆ ਦੇ ਬਾਰਡਰ ਤੇ ਇਹਨਾਂ ਨੇ ਓਬਜੈਕਸ਼ਨ ਖੜਾ ਕੀਤਾ ਨਾ ਕੈਨੇਡੀਅਨ ਗਵਰਨਮੈਂਟ ਨੇ, ਇਹਨਾਂ ਨੇ ਕੰਟੈਕਟ ਕੀਤਾ ਇੰਡੀਅਨ ਗਵਰਨਮੈਂਟ ਨੂੰ, ਇਹਨਾਂ ਨੇ ਕਿਹਾ ਕਿ ਇੱਥੇ ਆਉਣਾ ਅਤੇ ਇੱਦਾਂ ਦਾ ਪ੍ਰੋਗਰਾਮ, ਉਹਨਾਂ ਨੇ ਕਨਵੇ ਕੀਤਾ ਨਹੀਂ ਕਿਹਾ ਗਿਆ, ਪਰ ਇਹਦਾ ਕੋਈ ਰਾਈਟਿੰਗ ਤਾਂ ਆਪਣੇ ਕੋਲ ਨਹੀਂ ਹੈਗਾ ਵੀ ਇੱਦਾਂ ਸੀ ਕਿਸੇ ਕੋਲ, ਜੇ ਕੌਰ ਮੈਂ ਪਤਾ ਕੈਨੇਡੀਅਨ ਗਵਰਨਮੈਂਟ ਦੇ ਆਫੀਸ਼ੀਅਲ ਸਾਨੂੰ ਦੱਸਦੇ ਵੀ ਇੱਦਾਂ ਦੀ ਕੋਈ ਗੱਲ ਅਸੀਂ ਨਹੀਂ ਕੀਤੀ। ਨਹੀਂ ਦੇਖੋ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਪਤਾ ਕਰ ਲਵਾਂਗੇ ਵੀ ਵਾਕਿਆ ਕੋਈ ਇੱਦਾਂ ਦੀ ਰਿਟਰਨ ਹੋਈ ਹੈ ਕਿ ਜੇ ਜਵਾਨੀ ਗੁਲਾਮੀ ਗੱਲ ਹੋਵੇ ਤਾਂ ਮੇਰੇ ਖਿਆਲ ਕੋਈ ਸੁਣਨ ਨੂੰ ਤਿਆਰ ਹੈ। ਮੁੱਖ ਦੀ ਗੱਲ ਕਮਲ ਸਿੰਘ ਜੀ ਇਹ ਆ ਵੀ ਆਪ ਜੀ ਨੂੰ ਬੇਨਤੀ ਆ ਕਿ ਵੀ ਇੱਕ ਸਾਲ ਅੜੀ ਕਰਕੇ ਜ਼ੀਰੋ ਪ੍ਰਾਪਤੀ ਆ ਜੀ ਕੈਨੇਡਾ ਨਾਲ? ਖਾਲਿਸਤਾਨ ਉੱਥੋਂ ਬੰਦੇ ਗਏ ਆ, ਫੜੇ ਗਏ ਨੇ ਜਿਹੜੇ ਕੋਲ ਉੱਥੇ ਫੰਡ ਮੁਹੱਈਆ ਕਰਾਉਂਦੇ ਸੀ ਇਸ ਮੂਵਮੈਂਟ ਨੂੰ ਚਲਾਉਣ ਵਾਸਤੇ ਕੰਮ ਕਰਦੇ, ਉਹਦੇ ਨਾਲ ਜਿਹੜੀ ਅਨਰੈਸਟ ਪੈਦਾ ਹੁੰਦੀ ਸਟੇਟ ਦੇ ਵਿੱਚ, ਅਤੇ ਜਿਹੜਾ ਉੱਥੋਂ ਚੀਫ ਮਿਨਿਸਟਰ ਆ ਅਨਰੈਸਟ ਹੁੰਦੀ ਹੈ ਅਤੇ ਜ਼ਿੰਮੇਵਾਰ ਤਾਂ ਉਹੀ ਨੇ। ਸੋ ਹੀ ਹੈਵ ਐਵਰੀ ਰਾਈਟ ਟੂ ਰੇਜ਼ ਦਿਸ ਇਸ਼ੂ ਵਿਦ ਦਿਸ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਕਿ ਤੁਹਾਡੇ ਕੋਲ ਉੱਥੇ ਬੰਦੇ ਬੈਠੇ ਨੇ ਉਹ ਇਹਨੂੰ ਟੂਲ ਦਿੰਦੇ ਆ, ਪਲੀਜ਼ ਟਰਾਈ ਟੂ ਸਟਾਪ ਦੈਮ, ਦੈਟ ਇਜ਼ ਰਾਈਟ। ਨਹੀਂ ਮੈਂ ਵੀ ਇਹਦੇ ਨਾਲ ਐਗਰੀ ਹੈਗਾ ਕਿਉਂਕਿ ਜੇਕਰ ਇੱਕ ਵਾਰੀ ਇਹ ਦੋਨੋਂ ਧਿਰਾਂ ਜਿਹੜੀਆਂ ਬੈਠ ਕੇ ਇਸ ਦੇ ਬਾਰੇ ਗੱਲ ਕਰ ਲੈਣ ਅਤੇ ਉਹਨੂੰ ਸੁਲਝਾ ਲੈਣ ਅਤੇ ਅੱਗੇ ਤੋਂ ਰਸਤੇ ਜਿਹੜੇ ਆ ਜ਼ਿਆਦਾ ਲੋਕ ਮੈਂ ਮੀਡੀਆ ਬਣਾਉਂਦਾ ਜਿਹੜੇ ਮੀਟਿੰਗ ਹੁੰਦੀ ਹੈ ਤੇ ਇਹ ਜਿਹੜਾ ਮਸਲਾ ਤੁਸੀਂ ਕਹਿ ਰਹੇ ਹੋ ਡੈਫੀਨੇਟਲੀ ਸਾਡਾ ਰਾਈਟ ਵੀ ਬਣਦਾ ਇੱਥੇ ਬੈਠੇ ਬੰਦੇ ਸਾਨੂੰ ਖਰਾਬ ਕਰਨ ਡਏ ਨੇ ਜਿਹੜੇ ਇਸ ਵੇਲੇ ਵਕੀਲ ਆ ਨਾ WSO ਦੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਬੋਪਾਰਾਏ ਉਹਨਾਂ ਦਾ ਕਹਿਣਾ ਜੀ ਵੀ ਕੈਨੇਡਾ ਦੇ ਵਿੱਚ ਜਿਹੜੀ ਸਿੱਖਾਂ ਦੀ ਸਰਗਰਮੀ ਆ ਨਾ ਪੋਲੀਟੀਕਲ ਸਪੀਚ ਤੋਂ ਵੱਧ ਕੁਛ ਵੀ ਨਹੀਂਗਾ ਉੱਦਾਂ ਹੀ ਕਰਿਆ ਜਾ ਰਿਹਾ ਅਨਰੈਸਟ ਕ੍ਰੀਏਟ ਹੁੰਦੀ ਹੈ ਨਹੀਂ ਉਹ ਕਹਿੰਦੇ ਪੋਲੀਟੀਕਲ ਸਪੀਚ ਆ ਇੰਡੀਆ ਦੇ ਖਿਲਾਫ ਇਹ ਤੋਂ ਵੱਧ ਇੱਥੇ ਕੁਛ ਨਹੀਂ ਹੋ ਰਿਹਾ ਬਿਆਨਬਾਜ਼ੀ ਜਿਹੜੀ ਉਹ ਵੀ ਤਾਂ ਖਰਾਬ ਕਰਦੀ ਬਿਆਨਬਾਜ਼ੀ ਨਾਲ ਉੱਥੇ ਬੰਦੇ ਥੋੜ੍ਹੇ ਮਰ ਜਾਂਦੇ ਆ ਨਹੀਂ ਫਿਰ ਜਦੋਂ ਬਿਆਨਬਾਜ਼ੀ ਹੁੰਦੀ ਤਾਂ ਫਿਰ ਐਕਸ਼ਨ ਵੀ ਹੁੰਦੇ ਉੱਥੇ ਉਹ ਬੰਦੇ ਜਿਹੜੇ ਮਾਰੇ ਗਏ ਜਿਹਨਾਂ ਦਾ ਕੋਈ ਕਸੂਰ ਨਹੀਂ ਕਿ ਨਾ ਉਹ ਖਾਲਿਸਤਾਨ ਨਾ ਉਹਨਾਂ ਦਾ ਐਂਟੀ ਖਾਲਿਸਤਾਨੀ ਸੀ ਨਾ ਉਹ ਖਾਲਿਸਤਾਨ ਦੇ ਹੱਕ 'ਚ ਸੀਗੇ ਚਾਰ ਪੰਜ ਬੰਦੇ ਪੋਲੀਟੀਕਲ ਜਿਹੜੇ ਮਾਰ ਦਿੱਤੇ ਆ ਜਿਹੜੇ ਬੰਦੇ ਇੱਥੋਂ ਬਾਹਰੋਂ ਗਏ ਉਹਨਾਂ ਨੂੰ ਜਾ ਕੇ ਮਾਰੇ ਆ ਉਹ ਬੰਦੇ ਫੜੇ ਨੇ ਅੰਦਰ ਨੇ ਇਹਦਾ ਮਤਲਬ ਇੱਥੋਂ ਦੇ ਲੋਕ ਜਿਹੜੇ ਉਹਨੂੰ ਹਵਾ ਦਿੰਦੇ ਨੇ ਉਹਨੂੰ ਸਪੋਰਟ ਕਰਦੇ ਇਸ ਚੀਜ਼ ਨੂੰ ਵਾਈ ਦੇ ਸ਼ੁੱਡ ਡੂ ਇਟ ਇਸ ਮੁਲਕ ਦੇ ਵਾਸੀ ਨੇ ਦੇ ਸ਼ੁੱਡ ਲਿਵ ਹੀਅਰ ਪੀਸਫੁਲੀ ਜਿਹੜਾ ਇਹਨਾਂ ਨੇ ਇਸ਼ੂ ਮਾੜਾ ਜਿਹਾ ਕ੍ਰੀਏਟ ਕੀਤਾ ਸੀ ਕਿ ਮੁਸਲਮਾਨਾਂ ਨਾਲ ਸੰਬੰਧ ਨੇੜੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੋਟਾਂ ਦਾ ਮਸਲਾ ਵੀ ਸਾਰਿਆਂ ਨੇ ਬਣਾਉਣੇ ਚਾਹੀਦੇ ਹੋਰ ਚੀਜ਼ ਵੀ ਹੈ ਕਿ ਜਿਹੜਾ ਅੱਜ ਦਾ ਟਾਈਮ ਹੈ ਜਿਹੜੀ ਅਮਰੀਕਾ ਵਿੱਚ ਲੈ ਲਓ ਉੱਥੇ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਇੱਕ ਵਾਰੀ ਉੱਥੇ ਉਹਨਾਂ ਨੇ ਵਾਸ਼ਿੰਗਟਨ DC ਜਦੋਂ ਬਿਲ ਕਲਿੰਟਨ ਸੀਗੇ ਪ੍ਰੈਜੀਡੈਂਟ ਅਤੇ ਉਹਨਾਂ ਨੇ ਇੱਕ ਜਲੂਸ ਕੱਢਿਆ ਸੀ ਉੱਥੇ ਰੈਲੀ ਕੀਤੀ ਸੀ ਜਿਹਦੇ ਵਿੱਚ 1 ਮਿਲੀਅਨ ਬੰਦੇ ਸੀ ਮਤਲਬ ਉੱਥੇ ਔਰਤ ਕੋਈ ਨਹੀਂ ਸੀ ਔਰ ਬਿਲ ਕਲਿੰਟਨ ਸਾਹਿਬ ਵਾਸ਼ਿੰਗਟਨ ਛੱਡ ਕੇ ਉਸ ਦਿਨ ਬਾਹਰ ਚਲੇ ਗਏ ਸੀ ਕਿ ਮੈਨੂੰ ਕੋਈ ਜਵਾਬ ਨਾ ਦੇਣਾ ਪਵੇ ਸੋ ਜਿਹੜੀ ਇਹ ਗਿਣਤੀ ਵੱਧ ਪਲੱਸ ਜਿਹੜਾ ਮੋੜ ਤੁਰਿਆ ਟੈਰਰਿਸਟ ਪੈਦਾ ਕੀਤੇ ਜਾ ਰਹੇ ਜਿਹੜੇ ਸਾਡੇ ਕੈਨੇਡੀਅਨ ਬੱਚੇ ਇੱਥੋਂ ਦੇ ਜੰਮੇ ਆ ਈਵਨ ਇੰਡੀਆ ਵਿੱਚ ਵੀ ਹੈਗੇ ਬੱਚੇ ਜਿਹੜੇ ਮਤਲਬ ਜਾ ਕੇ ਉੱਥੇ ਕੈਂਪਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ISI ਦੇ ਕੈਂਪਾਂ 'ਚ ਟ੍ਰੇਨਿੰਗ ਲੈਂਦੇ ਆ ਇਹ ਵਿਸ਼ਾ ਜੌਨ ਮਕੈਲਮ ਸਾਹਿਬ ਦੇ ਨਾਲ ਵਿਚਾਰਿਆ ਸੀ ਜਦੋਂ ਮਿਨਿਸਟਰ ਸੀ 2 ਵਾਰੀ ਹਾਂਜੀ ਉਹ ਕਹਿੰਦੇ ਜੀ ਵੀ ਕੈਨੇਡਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਨਾ ਇਸ ਸਭ ਕੁਝ ਦੇ ਨਾਲ ਨਿਪਟਣ ਲਈ ਕੈਪੇਬਲ ਆ ਇਨਫ ਆ ਕੰਪੀਟੈਂਟ ਆ ਕੋਈ ਭਰਮ ਭੁਲੇਖਾ ਨਹੀਂ ਇਹਦੇ ਬਾਰੇ ਹੋਣਾ ਚਾਹੀਦਾ ਉਹ ਕੋਈ ਡਾਊਟ ਜੇ ਉਹ ਇੱਕਾ ਦੁੱਕਾ 2-4-10 ਹੈਗੇ ਵੀ ਆ ਤੇ ਉਹਨਾਂ ਦੀ ਧਰ ਪਕੜ ਕਰਨ ਲਈ ਸਾਡਾ ਜੁਡੀਸ਼ੀਅਲ ਸਿਸਟਮ ਮੇਰਾ ਮਤਲਬ ਫੰਕਸ਼ਨਲ ਆ ਪਹਿਲਾਂ ਬੂਟਾ ਕਰਨ ਦੀ ਲੋੜ ਨਹੀਂ ਪਹਿਲਾਂ ਬੂਟਾ ਉੱਗੇ ਇਹਨੂੰ ਹੋਗਾ ਨਹੀਂ ਕੰਡੇ ਲੱਗਣ ਉਦੋਂ ਪਹਿਲਾਂ ਜਿਹੜਾ ਉਹ ਬੂਟਾ ਉੱਗਣ ਨਾ ਦਿੱਤਾ ਜਾਵੇ ਤੇ ਉਹ ਚੰਗੀ ਗੱਲ ਠੀਕ ਚਲੋ ਬਹੁਤ ਮਿਹਰਬਾਨੀ ਚਲੋ ਜੀ ਅਸੀਂ ਕਾਲਸ 'ਤੇ ਕੋਈ ਹੁਣ ਲੈਣੀਆਂ ਨਹੀਂ ਅੱਜ ਸਾਨੂੰ ਥੋੜ੍ਹੀ ਟੈਕਨੀਕਲ ਇਸ਼ੂ ਆਇਆ ਸੀ ਬਹੁਤ ਮਿਹਰਬਾਨੀ ਤੁਸੀਂ ਕਾਲ ਨਾ ਕਰਨਾ ਵੈਸੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਵੈਸੇ ਸਮਾਪਤ ਹੈ ਅਤੇ ਸਾਡੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ 8 ਵਜੇ ਪੂਰੇ ਹੋ ਜਾਵੇਗੀ ਸਰਦਾਰ ਫਲੋਰਾ ਜੀ ਸਭ ਤੋਂ ਪਹਿਲਾਂ ਤੁਹਾਡਾ ਨਿੱਘਾ ਇਸ ਧੰਨਵਾਦ ਤੁਹਾਡਾ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਉਪਰਾਲਾ ਤੁਸੀਂ ਕਰ ਰਹੇ ਹੋ ਟੋਰਾਂਟੋ ਸਨ ਵਰਗੀ ਅਖਬਾਰ ਦੇ ਐਡੀਟੋਰੀਅਲ ਪੇਜ 'ਤੇ ਲਗਾਤਾਰ ਤੁਸੀਂ ਮੌਜੂਦਗੀ ਤੁਹਾਡੀ ਰਹਿੰਦੀ ਹੈ ਅਤੇ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਆਪਣੇ ਵੱਲੋਂ ਮੈਂ ਇਹੀ ਕਹਾਂਗਾ ਜੀ ਕਿ ਆਪਣੇ ਫਰਵਰੀ ਦੇ 14 ਨੂੰ ਵੈਲੈਂਟਾਈਨਸ ਡੇ ਆ ਰਿਹਾ ਹੈਗਾ ਅਤੇ ਉਹ ਇੱਕ ਪਿਆਰ ਦਾ ਪ੍ਰਤੀਕ ਹੈਗਾ ਅਤੇ ਪਿਆਰ ਮੁਹੱਬਤ ਦਾ ਅਮਨ ਅਮਾਨ ਦਾ ਪ੍ਰਤੀਕ ਹੈਗਾ ਅਤੇ ਸਾਡੇ ਪ੍ਰਧਾਨ ਮੰਤਰੀ ਇੰਡੀਆ ਜਾ ਰਹੇ ਹੈਗੇ ਆ ਕੈਨੇਡਾ ਦੇ ਟਰੂਡੋ ਸਾਹਿਬ ਅਤੇ ਮੈਂ ਇਹੀ ਕਹਾਂਗਾ ਕਿ ਇਹ ਦੋਨੋਂ ਕੰਟਰੀਆਂ ਜਿਹੜੀਆਂ ਉਹ ਮਿਲ ਕੇ ਇਹ ਜਿਹੜਾ ਅਮਨ ਅਮਾਨ ਦਾ ਜਿਹੜਾ
ਸੁਨੇਹਾ ਹੈਗਾ ਸੋ ਇਹ ਇਸ ਦਿਨ 'ਤੇ ਪੂਰਾ ਕੀਤਾ ਜਾਵੇ। ਠੀਕ ਹੈ ਜੀ ਕਮਲ ਸਿੰਘ ਜੀ। ਬਿਲਕੁਲ ਜਿੱਦਾਂ ਭਾਈ ਸਾਹਿਬ ਨੇ ਗੱਲ ਕਹੀ ਹੈ ਕਿ ਸਾਡੀ ਵੀ ਤਮੰਨਾ ਹੈ ਕਿ ਜਿਹੜਾ ਅਮਨ ਮਾਨ ਦੁਨੀਆ 'ਚ ਬਣਨਾ ਚਾਹੀਦਾ, ਉਹਦੇ ਵਾਸਤੇ ਇੰਡੀਆ ਅਤੇ ਕੈਨੇਡਾ ਵਰਗੇ ਮੁਲਕ ਜਿਹੜੇ ਆ ਉਹ ਇੱਕ ਵਧੀਆ ਰੋਲ ਪਲੇ ਕਰ ਸਕਦੇ। ਸਾਡੇ ਕੋਲ ਬੜੇ ਕਾਬਲ ਪ੍ਰਾਈਮ ਮਿਨਿਸਟਰ ਨੇ ਜਿਹੜੇ ਅਸੀਂ ਲੀਡ ਕਰ ਰਹੇ ਕੰਟਰੀ ਨੂੰ। ਸੋ ਮੈਂ ਚਾਹੁੰਦਾ ਕਿ ਜਿਹੜੀਆਂ ਛੋਟੇ ਮੋਟੇ ਆ ਗੱਲਾਂ ਇੱਕ ਦੋ ਆਪਾਂ ਸੁਣੀਆਂ ਪੰਜਾਬ ਵਰਸਿਸ ਕੈਨੇਡਾ ਦਿਸ ਐਂਡ ਦੈਟ ਦਾ, ਇਹ ਸਾਰਾ ਕੁਝ ਜਿਹੜਾ ਇਹਨੂੰ ਮਿਟਾ ਕੇ ਅਤੇ ਇੱਕ ਭਾਈਚਾਰੇ ਨੂੰ ਦੀ ਸਾਂਝ ਸਾਂਝੀਵਾਲਤਾ ਜਿਹੜੀ ਬਣਾਉਣ ਵਾਸਤੇ ਉਹ ਕੋਸ਼ਿਸ਼ ਕੀਤੀ ਜਾਵੇ। ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਰਿਆਂ ਨੂੰ ਬਲ ਬਖਸ਼ੇ ਅਤੇ ਠੀਕ ਡਾਇਰੈਕਸ਼ਨ 'ਚ। ਚਲੋ ਜੀ ਫਿਰ ਅਤੇ ਪ੍ਰੋਗਰਾਮ 'ਚ ਟਾਈਮ ਦੇਣ ਲਈ ਤੁਹਾਡਾ ਬਹੁਤ 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 ਸ਼ੁਕਰੀਆ ਆਉਣ ਲਈ ਜੀ। ਮਿਹਰਬਾਨੀ। ਸ਼ੁੱਕਰਵਾਰ ਨੂੰ ਸਵੇਰੇ ਚੱਲ ਪੈਣਾ ਕਾਫਲਾ ਇੱਥੋਂ, ਪਲੇਨ ਆਟੋਵਾ ਤੋਂ ਚੱਲੇਗਾ ਪ੍ਰਾਈਮ ਮਿਨਿਸਟਰ ਸਾਹਿਬ ਦਾ, ਬਾਕੀ ਸਾਰੇ ਵੀ ਨਾਲ ਹੀ ਹੋਣਗੇ ਸ਼ੁੱਕਰਵਾਰ ਨੂੰ। ਅਤੇ ਫਿਰ 25 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਜਹਾਜ਼ ਦੁਬਾਰਾ ਆਟੋਵਾ ਪ੍ਰਧਾਨ ਮੰਤਰੀ ਸਾਹਿਬ ਦਾ ਉਹ ਉਤਰਨਾ, ਅਤੇ ਉਸ ਸਮੇਂ ਦੇ ਦੌਰਾਨ ਫਿਰ ਉਹ ਵੱਖ ਵੱਖ ਸ਼ਹਿਰਾਂ 'ਚ ਜਾਣਾ। ਉਹਨਾਂ ਨੇ ਗੁਜਰਾਤ ਅਹਿਮਦਾਬਾਦ ਵੀ ਜਾਣਾ, ਆਗਰਾ ਦਾ ਵੀ ਪ੍ਰੋਗਰਾਮ ਪਤਾ ਲੱਗ ਰਿਹਾ, ਮੁੰਬਈ ਦਾ ਵੀ ਹੈ ਜੀ, ਨਵੀਂ ਦਿੱਲੀ ਦਾ ਤਾਂ ਹੈ ਹੀ, ਅੰਮ੍ਰਿਤਸਰ ਦਾ ਵੀ ਹੈ ਹੀ। ਸੋ ਇਹ ਕਾਫੀ ਬਿਜ਼ੀ ਜਿਹੜਾ ਸਕੈਜੂਅਲ ਹੈ ਪਤਾ ਲੱਗ ਰਿਹਾ ਕਿ ਸਾਰਾ ਇਹ ਸਮੁੱਚੇ ਡੈਲੀਗੇਸ਼ਨ ਦਾ ਜਿਹੜਾ ਇਹ ਬਣ ਰਿਹਾ। ਅਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਜਿਸ ਤਰ੍ਹਾਂ ਵੀ ਸਰਗਰਮੀਆਂ ਹੋਣਗੀਆਂ ਜੁੜਨ ਦੀ ਕੋਸ਼ਿਸ਼ ਦੇ ਵਿੱਚ ਰਹਾਂਗੇ। ਉਸ ਤੋਂ ਪਹਿਲਾਂ ਲੇਕਿਨ ਕਿ ਅਸੀਂ ਤੁਸੀਂ ਮਿਲਾਂਗੇ ਕੱਲ੍ਹ ਨੂੰ ਸ਼ਾਮ ਨੂੰ 8 ਵਜੇ ਅਤੇ ਸੋਮਵਾਰ ਵਾਲੇ ਸਿਲਸਿਲੇ ਜਿਹੜੇ ਪੇਸ਼ ਕੀਤੇ ਜਾਣਗੇ। ਉਦੋਂ ਤੱਕ ਮੈਨੂੰ ਸਤਪਾਲ ਸਿੰਘ ਚੌਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।